ਸਰਕਾਰਾਂ ਦਾ ਇਹ ਕਹਿੰਦੇ ਦਾ ਹਲਕ ਨਹੀਂ ਸੁੱਕਦਾ ਕਿ ਸਾਡੇ ਪੰਜਾਬ ਦੀਆਂ ਜੇਲ੍ਹਾਂ ਇੰਨੀਆਂ ਹਾਈਟੈਕ ਹੋ ਚੁੱਕੀਆਂ ਨੇ ਜਿਸ 'ਚ ਕੈਦੀ ਤਾਂ ਦੂਰ ਦੀ ਗੱਲ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਤਰੀਫਾਂ ਦੇ ਪੁੱਲ ਬੰਨਦੇ ਸਰਕਾਰ ਦੇ ਲੀਡਰ ਨਹੀਂ ਥੱਕਦੇ, ਪਰ ਇਹਨਾਂ ਦੇ ਝੂਠੇ ਦਾਅਵਿਆਂ ਦੀ ਪੋਲ ਥੋੜੇ ਦਿਨ ਬਾਅਦ ਹੀ ਖੁੱਲ ਜਾਂਦੀ ਹੈ। ਹੁਣ ਖਬਰ ਹੈ ਫਰੀਦਕੋਟ ਦੀ ਮਾਡਰਨ ਜੇਲ੍ਹ ਦੀ, ਜਿੱਥੇ ਜੇਲ੍ਹ ਅੰਦਰੋਂ 15 ਮੋਬਾਈਲ ਫੋਨ ਅਤੇ 9 ਸਿਮ ਬਰਾਮਦ ਕੀਤੇ ਨੇ। ਜਾਣਕਾਰੀ ਮੁਤਾਬਕ ਵੱਖ-ਵੱਖ ਬੈਰਕਾਂ 'ਚ ਬੰਦ 4 ਹਵਾਲਾਤੀਆਂ ਤੋਂ 4 ਟੱਚ ਸਕਰੀਨ ਮੋਬਾਈਲ ਫੋਨ ਬਰਾਮਦ ਕੀਤੇ ਗਏ, ਜਦਕਿ 3 ਟੱਚ ਸਕਰੀਨ ਅਤੇ 8 ਕੀਪੈਡ ਫੋਨ ਲਵਾਰਿਸ ਹਾਲਾਤ ਵਿੱਚ ਪਾਏ ਗਏ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ 2 ਵੱਖ-ਵੱਖ ਮਾਮਲੇ ਦਰਜ ਕੀਤੇ ਗਏ, ਜਿਸ 'ਚ 4 ਹਵਾਲਾਤੀਆਂ 'ਤੇ ਵੀ ਮਾਮਲਾ ਦਰਜ ਹੋਇਆ। ਜੇਲ੍ਹ ਸੁਪਰਡੈਂਟ ਸਾਹਿਬ ਵੱਲੋਂ ਪੱਤਰ ਬਰਾਮਦ ਹੋਇਆ ਜੀ। ਟੋਟਲ 15 ਮੋਬਾਈਲ ਬਰਾਮਦ ਹੋਏ, ਜਿਨ੍ਹਾਂ 'ਚੋਂ 2 FIR ਕੀਤੀਆਂ, ਲਾਂਚ ਕੀਤੀਆਂ, 4 ਹਵਾਲਾਤੀ ਬਾਈ ਨੇਮ ਪਰਚਾ ਦਰਜ ਕੀਤਾ, ਨਾਮ ਲੋਮ ਬਾਕੀ ਮਿਲੇ। ਉਹਨਾਂ ਤੋਂ ਜੇਲ੍ਹ 'ਚੋਂ ਉਹਨਾਂ ਤੋਂ ਲਿਆ ਕੇ ਪ੍ਰੋਟੈਕਸ਼ਨ ਵਾਰੰਟ 'ਤੇ ਲਿਆ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਊਗੀ ਵੀ ਕਿੱਥੋਂ ਫੋਨ ਉਹਨਾਂ ਕੋਲੋਂ ਆਏ ਹੈ, ਕਿਹਨੇ ਵੀ ਦਿੱਤੇ ਆ, ਕਿਹਨੇ ਥਰੋ ਥਰਾ ਕੀਤੇ, ਜਾਂ ਇਨਵੈਸਟੀਗੇਟ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਊਗੀ ਉਹਨਾਂ ਤੋਂ ਲਿਆ ਕੇ। ਸਰ, ਇਸ ਤੋਂ ਪਹਿਲਾਂ ਵੀ ਕਈ ਵਾਰ ਬਰਾਮਦ ਹੋ ਚੁੱਕੇ ਨੇ ਫੋਨ, ਵੀ ਇਸ ਤਰੀਕੇ ਦੀ ਕੋਈ ਪੁਲਿਸ ਵੱਲੋਂ ਵੀ ਕੋਈ ਸਪੈਸ਼ਲ ਚੈਕਿੰਗ ਜਾਂ ਕੋਈ ਕੀਤਾ ਜਾਵੇ? ਸਾਡੀ ਸਰਚ ਅਭਿਆਨ ਚੱਲਦੀ ਰਹਿੰਦੀ ਹੈ ਜੇਲ੍ਹ ਦੇ ਚਾਰ ਚੁਫੇਰੇ ਤੋਂ, ਸਾਡੇ PCR ਲੱਗਿਆ ਰਹਿੰਦਾ ਹੁੰਦਾ, ਉੱਥੇ ਡਿਊਟੀ ਕਰਦਾ ਰਹਿੰਦਾ, 24 ਘੰਟੇ ਨਿਗਾਹ ਰੱਖੀ ਜਾਂਦੀ ਹੈ। ਹਾਂਜੀ, ਚੱਲਦਾ ਰਹਿੰਦਾ ਸਾਡਾ ਸਰਚ ਅਭਿਆਨ ਜ਼ਿਲ੍ਹੇ ਵੱਲੋਂ, ਇਹ ਮਾਨਯੋਗ SSP ਸਾਹਿਬ ਦੇ ਹੁਕਮਾਂ ਮੁਤਾਬਕ। ਸਰਕਾਰਾਂ ਦਾ ਇਹ ਕਹਿੰਦੇ ਦਾ ਹਲਕ ਨਹੀਂ ਸੁੱਕਦਾ ਕਿ ਸਾਡੇ ਪੰਜਾਬ ਦੀਆਂ ਜੇਲ੍ਹਾਂ ਇੰਨੀਆਂ ਹਾਈਟੈਕ ਹੋ ਚੁੱਕੀਆਂ ਨੇ ਜਿਸ 'ਚ ਕੈਦੀ ਤਾਂ ਦੂਰ ਦੀ ਗੱਲ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਤਰੀਫਾਂ ਦੇ ਪੁੱਲ ਬੰਨਦੇ ਸਰਕਾਰ ਦੇ ਲੀਡਰ ਨਹੀਂ ਥੱਕਦੇ, ਪਰ ਇਹਨਾਂ ਦੇ ਝੂਠੇ ਦਾਅਵਿਆਂ ਦੀ ਪੋਲ ਥੋੜੇ ਦਿਨ ਬਾਅਦ ਹੀ ਖੁੱਲ ਜਾਂਦੀ ਹੈ। ਹੁਣ ਖਬਰ ਹੈ ਫਰੀਦਕੋਟ ਦੀ ਮਾਡਰਨ ਜੇਲ੍ਹ ਦੀ, ਜਿੱਥੇ ਜੇਲ੍ਹ ਅੰਦਰੋਂ 15 ਮੋਬਾਈਲ ਫੋਨ ਅਤੇ 9 ਸਿਮ ਬਰਾਮਦ ਕੀਤੇ ਨੇ। ਜਾਣਕਾਰੀ ਮੁਤਾਬਕ ਵੱਖ-ਵੱਖ ਬੈਰਕਾਂ 'ਚ ਬੰਦ 4 ਹਵਾਲਾਤੀਆਂ ਤੋਂ 4 ਟੱਚ ਸਕਰੀਨ ਮੋਬਾਈਲ ਫੋਨ ਬਰਾਮਦ ਕੀਤੇ ਗਏ, ਜਦਕਿ 3 ਟੱਚ ਸਕਰੀਨ ਅਤੇ 8 ਕੀਪੈਡ ਫੋਨ ਲਵਾਰਿਸ ਹਾਲਾਤ ਵਿੱਚ ਪਾਏ ਗਏ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ 2 ਵੱਖ-ਵੱਖ ਮਾਮਲੇ ਦਰਜ ਕੀਤੇ ਗਏ, ਜਿਸ 'ਚ 4 ਹਵਾਲਾਤੀਆਂ 'ਤੇ ਵੀ ਮਾਮਲਾ ਦਰਜ ਹੋਇਆ। ਜੇਲ੍ਹ ਸੁਪਰਡੈਂਟ ਸਾਹਿਬ ਵੱਲੋਂ ਪੱਤਰ ਬਰਾਮਦ ਹੋਇਆ ਜੀ। ਟੋਟਲ 15 ਮੋਬਾਈਲ ਬਰਾਮਦ ਹੋਏ, ਜਿਨ੍ਹਾਂ 'ਚੋਂ 2 FIR ਕੀਤੀਆਂ, ਲਾਂਚ ਕੀਤੀਆਂ, 4 ਹਵਾਲਾਤੀ ਬਾਈ ਨੇਮ ਪਰਚਾ ਦਰਜ ਕੀਤਾ, ਨਾਮ ਲੋਮ ਬਾਕੀ ਮਿਲੇ। ਉਹਨਾਂ ਤੋਂ ਜੇਲ੍ਹ 'ਚੋਂ ਉਹਨਾਂ ਤੋਂ ਲਿਆ ਕੇ ਪ੍ਰੋਟੈਕਸ਼ਨ ਵਾਰੰਟ 'ਤੇ ਲਿਆ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਊਗੀ ਵੀ ਕਿੱਥੋਂ ਫੋਨ ਉਹਨਾਂ ਕੋਲੋਂ ਆਏ ਹੈ, ਕਿਹਨੇ ਵੀ ਦਿੱਤੇ ਆ, ਕਿਹਨੇ ਥਰੋ ਥਰਾ ਕੀਤੇ, ਜਾਂ ਇਨਵੈਸਟੀਗੇਟ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਊਗੀ ਉਹਨਾਂ ਤੋਂ ਲਿਆ ਕੇ। ਸਰ, ਇਸ ਤੋਂ ਪਹਿਲਾਂ ਵੀ ਕਈ ਵਾਰ ਬਰਾਮਦ ਹੋ ਚੁੱਕੇ ਨੇ ਫੋਨ, ਵੀ ਇਸ ਤਰੀਕੇ ਦੀ ਕੋਈ ਪੁਲਿਸ ਵੱਲੋਂ ਵੀ ਕੋਈ ਸਪੈਸ਼ਲ ਚੈਕਿੰਗ ਜਾਂ ਕੋਈ ਕੀਤਾ ਜਾਵੇ? ਸਾਡੀ ਸਰਚ ਅਭਿਆਨ ਚੱਲਦੀ ਰਹਿੰਦੀ ਹੈ ਜੇਲ੍ਹ ਦੇ ਚਾਰ ਚੁਫੇਰੇ ਤੋਂ, ਸਾਡੇ PCR ਲੱਗਿਆ ਰਹਿੰਦਾ ਹੁੰਦਾ, ਉੱਥੇ ਡਿਊਟੀ ਕਰਦਾ ਰਹਿੰਦਾ, 24 ਘੰਟੇ ਨਿਗਾਹ ਰੱਖੀ ਜਾਂਦੀ ਹੈ। ਹਾਂਜੀ, ਚੱਲਦਾ ਰਹਿੰਦਾ ਸਾਡਾ ਸਰਚ ਅਭਿਆਨ ਜ਼ਿਲ੍ਹੇ ਵੱਲੋਂ, ਇਹ ਮਾਨਯੋਗ SSP ਸਾਹਿਬ ਦੇ ਹੁਕਮਾਂ ਮੁਤਾਬਕ। ਬੇਸ਼ੱਕ ਪੁਲਿਸ ਲੱਖ ਦਾਅਵੇ ਕਰਦੀ ਹੈ, ਪਰ ਹਰ ਵਾਰ ਫੇਲ ਹੁੰਦੀ ਨਜ਼ਰ ਆਉਂਦੀ ਹੈ। ਕਦੇ ਜੇਲ੍ਹਾਂ 'ਚ ਲੜਾਈ ਝਗੜੇ ਹੁੰਦੇ ਨੇ ਅਤੇ ਕਦੇ ਕੋਈ ਗੈਂਗਸਟਰ ਇੰਟਰਵਿਊ ਦੇ ਦਿੰਦਾ, ਪਰ ਪੁਲਿਸ ਦੇਖਦੀ ਦੀ ਦੇਖਦੀ ਰਹਿ ਜਾਂਦੀ ਹੈ, ਪਰ ਉਸਨੂੰ ਰੋਕਣ 'ਚ ਸਫਲ ਸਾਬਤ ਹੁੰਦੀ ਹੈ। ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ।